ਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਹਾਂ ਭਾਈ ਗੜੀਆ ਜੀ, ਕਿਤਨੀ ਕੁ ਸੰਗਤਾਂ ਦੀ ਤੁਸੀਂ ਦਸਵੰਧ ਭੇਟਾ ਲੈ ਕੇ ਆਏ ਹੋ? ਅਤੇ ਭਾਈ ਗੜੀਆ ਜੀ ਆਖਣ ਲੱਗੇ ਕਿ ਸਤਿਗੁਰੂ ਆਪ ਜਾਣੀ ਜਾਣ ਹੋ ਕਿ ਜਿਤਨੀ ਵੀ ਆਪ ਜੀ ਦੀ ਇਹ ਕਾਰ ਭੇਟਾ ਦਸਵੰਧ ਰੂਪੀ ਭੇਟਾ ਸਿੱਖ ਸੰਗਤਾਂ ਦੇ ਵੱਲੋਂ ਮਿਲੀ ਸੀਗੀ, ਇਹ ਮੈਂ ਆਪ ਜੀ ਦੇ ਤੱਕ ਹੀ ਪਹੁੰਚਾ ਦਿੱਤੀ ਹੈ, ਕਿਉਂਕਿ ਸਤਿਗੁਰੂ ਆਪ ਜੀ ਦੇ ਮੁਬਾਰਕ ਬਚਨ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਸੋ ਜਿਸ ਜਿਸ ਗਰੀਬ ਦਾ ਮੇਰੇ ਨਾਲ ਮਿਲਾਪ ਹੋਇਆ, ਜਿਸ ਵੀ ਸਿੱਖ ਸੰਗਤ ਦਾ ਮੇਰੇ ਨਾਲ ਮਿਲਾਪ ਹੋਇਆ, ਕਿਸੇ ਨੂੰ ਆਰਥਿਕ ਪੱਖ ਤੋਂ ਆਰਥਿਕ ਸਹਾਇਤਾ ਦੀ ਜ਼ਰੂਰਤ ਸੀ, ਕਿਸੇ ਨੂੰ ਰੋਟੀ ਕੱਪੜੇ ਦੀ ਜ਼ਰੂਰਤ ਸੀ, ਅਤੇ ਮੈਂ ਉਸ ਮੁਤਾਬਕ ਇਹ ਆਪ ਜੀ ਦੀ ਜਿਹੜੀ ਭੇਟਾ ਦਸਵੰਧ ਸੀਗੀ ਉਹ ਸਾਰੀ ਆਪ ਤੱਕ ਪਹੁੰਚਾ ਦਿੱਤੀ ਹੈ। ਇਸ ਤਰ੍ਹਾਂ ਗਰੀਬਾਂ ਦੇ ਉੱਪਰ ਪਰ ਉਪਕਾਰ ਕਰਦਿਆਂ ਕਰਦਿਆਂ, ਅਤੇ ਖਿਆਲ ਕਰਿਓ, ਥੋੜ੍ਹਾ ਮੈਂ ਇੱਥੇ ਰੁਕਾਂਗਾ ਕਿ ਅੱਜ ਬਹੁਤਾਤ ਗੁਰੂ ਘਰ ਨੇ, ਗੁਰਦੁਆਰੇ ਨੇ, ਅਤੇ ਗੁਰਦੁਆਰਿਆਂ ਦੇ ਅੰਦਰ ਬਹੁਤਾਤ ਗੋਲਕਾਂ ਨੇ। ਅਤੇ ਖਿਆਲ ਕਰਿਓ, ਬਹੁਤਾਤ ਦੂਰੋਂ ਦੂਰੋਂ ਸੰਗਤ ਆਪਣੀ ਦਸਵੰਧ ਰੂਪੀ ਭੇਟਾ ਜਾਂ ਸਤਿਗੁਰਾਂ ਦੇ ਅੱਗੇ ਅਰਪਿਤ ਕੀਤੀ ਹੋਈ ਭੇਟਾ ਜਿਹੜੀ ਹੈ ਉਹ ਗੋਲਕ ਦੇ ਵਿੱਚ ਇਹ ਜਾਣ ਕੇ ਪਾਉਂਦੀ ਹੈ ਕਿ ਇਹ ਮੇਰੀ ਭੇਟਾ, ਮੇਰਾ ਦਸਵੰਧ ਗੁਰੂ ਸਾਹਿਬਾਨ ਜੀ ਦੇ ਕੋਲ ਪਹੁੰਚ ਜਾਵੇਗਾ। ਪਰ ਸੱਚ ਜਾਣਿਓ, ਅੱਜ ਦੀਆਂ ਜਿਤਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਸੁਸਾਇਟੀਆਂ ਨੇ, ਇਹਨਾਂ ਦੇ ਕੋਲੋਂ ਤਾਂ ਇਹਨਾਂ ਗੋਲਕਾਂ ਦੇ ਦੁਆਰਾ ਆਪਣੇ ਢਿੱਡ ਨਹੀਂ ਭਰੇ ਜਾ ਰਹੇ, ਅਤੇ ਫਿਰ ਇਹ ਸਾਡੇ ਦਸਵੰਧ ਰੂਪੀ ਭੇਟਾ ਗੁਰੂ ਤੱਕ ਕਿਵੇਂ ਪਹੁੰਚ ਜਾਂਦੀ ਹੋਵੇਗੀ? ਗੁਰੂ ਸਵਾਰਿਓ, ਬੇਸ਼ੱਕ ਅੱਜ ਮੈਂ ਜਿਸ ਸ਼੍ਰੋਮਣੀ ਕਮੇਟੀ ਦੇ ਦਾਇਰੇ ਅੰਦਰ ਕੁਛ ਮਹੀਨਿਆਂ ਦੇ ਲਈ ਡਿਊਟੀ ਕਰਦਾ ਆ ਰਿਹਾ ਹਾਂ, ਉਹਨਾਂ ਦੇ ਕੋਲ ਵੀ ਇਸ ਗੋਲਕ ਦਾ ਬਹੁਤਾਤ ਵੱਡਾ ਪਸਾਰਾ ਹੈ। ਪਰ ਗੁਰੂ ਪਿਆਰੂ, ਕਿਤਨੇ ਕੁ ਇਹਨਾਂ ਗੋਲਕਾਂ ਦੇ ਮਾਲਕਾਂ ਨੇ ਲੋਕਾਂ ਦੇ ਉੱਪਰ ਪਰ ਉਪਕਾਰ ਕੀਤੇ ਨੇ, ਇਹ ਅਸੀਂ ਸਾਰੇ ਜਾਣਦੇ ਹਾਂ ਕਿ ਕਿਤਨੇ ਕੁ ਇਹ ਲੋਕਾਂ ਦੇ ਉੱਪਰ ਪਰ ਉਪਕਾਰ ਕਰਦੇ ਨੇ, ਕਿੰਨੇ ਕੁ ਇਹਨਾਂ ਨੇ ਗਰੀਬ ਬੱਚਿਆਂ ਦੇ ਵਾਸਤੇ ਸਕੂਲ ਕਾਲਜ ਖੋਲ੍ਹੇ ਹੋਏ ਨੇ, ਕਿੰਨੇ ਕੁ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਦੇ ਇਲਾਜ ਵਾਸਤੇ ਹਸਪਤਾਲ ਖੋਲ੍ਹੇ ਹੋਏ ਨੇ, ਜਾਂ ਕਿਤਨੇ ਕੁ ਯਤੀਮ ਬੱਚਿਆਂ ਦੇ ਵਾਸਤੇ ਇਹਨਾਂ ਦੇ ਕੋਲ ਯਤੀਮਖਾਨੇ ਬਣੇ ਪਏ ਨੇ। ਬਲਕਿ ਸਾਨੂੰ ਪੂਰੇ ਰਿਕਾਰਡ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਮਿਲਦਾ। ਅੱਜ ਬਹੁਤਾਤ ਜਿਹੜੇ ਰਾਧਾ ਸੁਆਮੀ ਸਤਸੰਗ ਬਿਆਸ ਵਿੱਚ ਜਾਂਦੇ ਹਨ, ਉਹ ਕਾਰਨ ਇਹ ਦੱਸਦੇ ਹੈ ਕਿ ਬੇਸ਼ੱਕ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ, ਪਰ ਇਹਨਾਂ ਸਿੱਖੀ ਦਾ ਲਿਬਾਸ ਧਾਰਨ ਕਰੀ ਬੈਠੇ ਗੋਲਕਾਂ ਦੇ ਮਾਲਕਾਂ ਨੂੰ ਕਿਤੇ ਚੰਗੇ ਹੈ, ਜਿਹੜੇ ਗਰੀਬਾਂ ਦਾ ਇਲਾਜ ਬਿਲਕੁਲ ਮੁਫਤ ਕਰਦੇ ਪਏ ਹੈ। ਮਾਫ਼ ਕਰਿਓ, ਮੈਂ ਕੋਈ ਰਾਧਾ ਸੁਆਮੀਆਂ ਦੇ ਪੱਖ ਦਾ ਪ੍ਰਚਾਰ ਨਹੀਂ ਕਰਦਾ ਪਿਆ, ਮੈਂ ਕੇਵਲ ਅਤੇ ਕੇਵਲ ਆਪ ਜੀਆਂ ਦੇ ਅੱਗੇ ਸੱਚ ਪੇਸ਼ ਕਰਨ ਦਾ ਯਤਨ ਕਰਦਾ ਪਿਆ ਹਾਂ ਕਿ ਸੱਚ ਕੀ ਹੈ। ਅਤੇ ਗੁਰੂ ਸਵਾਰਿਓ, ਅੱਜ ਜਦੋਂ ਲੋਕਾਂ ਦੇ ਕੋਲੋਂ ਪੁੱਛੀਦਾ ਹੈ ਤਾਂ ਉਹ ਇਹੀ ਕਾਰਨ ਦੱਸਦੇ ਆ ਕਿ ਸਾਡੀ ਗਰੀਬਾਂ ਦੀ ਸਹਾਇਤਾ ਵਾਸਤੇ ਇਹਨਾਂ ਨੇ ਹਸਪਤਾਲ ਖੋਲ੍ਹੇ ਹੋਏ ਨੇ, ਇਹ ਬਿਲਕੁਲ ਫਰੀ ਇਲਾਜ ਕਰਦੇ ਨੇ, ਕੋਈ ਕਿਸੇ ਪ੍ਰਕਾਰ ਦਾ ਪੈਸਾ ਨਹੀਂ। ਅਤੇ ਸੱਚ ਜਾਣਿਓ ਕਿ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਕੋਈ
ਘੱਟ ਸਿੱਖ ਸਿੱਖ ਸੰਗਤਾਂ ਦੇ ਵੱਲੋਂ ਭੇਟਾ ਅਦਾ ਹੋ ਰਹੀ ਹੈ। ਗੁਰੂ ਸਵਾਰੂ ਇਹਨਾਂ ਗੋਲਕਾਂ ਦਾ ਤਾਂ ਕੋਈ ਲੇਖਾ ਜੋਖਾ ਹੀ ਨਹੀਂ ਹੈ। ਅਸੀਂ ਮੇਨ ਸ਼੍ਰੀ ਦਰਬਾਰ ਸਾਹਿਬ ਜੀ ਦਾ ਹਿਸਾਬ ਲਾਈਏ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਉੱਥੇ ਦੀ ਆਮਦਨ ਦਾ ਹਿਸਾਬ ਕਿਤਾਬ ਸਾਡੀ ਸੋਚ ਤੋਂ ਬਾਹਰ ਹੈ, ਕਿਉਂਕਿ ਦੁਨੀਆਂ ਦੇ ਕੋਨੇ ਕੋਨੇ ਤੋਂ ਸੰਗਤ ਆ ਰਹੀ ਹੈ ਅਤੇ ਗੁਰੂ ਪਿਆਰੂ ਅੱਜ ਉਹੀ ਸੰਗਤ ਦਾ ਪੈਸਾ ਜਿਹੜਾ ਹੈ ਕਿ ਉਹ ਸੰਗਤ ਦੇ ਭਲੇ ਵਾਸਤੇ ਵਰਤਿਆ ਜਾ ਰਿਹਾ ਹੈ ਕਿ ਜਾਂ ਕੇਵਲ ਆਪਣੇ ਹੀ ਢਿੱਡ ਭਰਨ ਵਾਸਤੇ ਵਰਤਿਆ ਜਾ ਰਿਹਾ ਹੈ। ਗੁਰੂ ਸਵਾਰੂ, ਜੇਕਰ ਸੱਚਮੁੱਚ ਅਸੀਂ ਪਰ ਉਪਕਾਰ ਕਰਨਾ ਚਾਹੁੰਦੇ ਹਾਂ ਤਾਂ ਫਿਰ ਗੁਰੂ ਸਾਹਿਬਾਨ ਜੀ ਦੇ ਘਰ ਵਿੱਚ ਦਰਬਾਰ ਵਿੱਚ ਪਹੁੰਚੀ ਹੋਈ ਸਿੱਖ ਸੰਗਤਾਂ ਦੀ ਜਿਹੜੀ ਭੇਟਾ ਹੈ ਨਾ, ਉਹ ਗਰੀਬਾਂ ਦੇ ਪਰ ਉਪਕਾਰ ਵਾਸਤੇ ਵਰਤੀ ਜਾਵੇ। ਗਰੀਬਾਂ ਅਤੇ ਮਜ਼ਲੂਮਾਂ ਦੇ ਵਾਸਤੇ ਚੰਗੀ ਪੜ੍ਹਾਈ ਮੁਹੱਈਆ ਕਰਵਾਈ ਜਾਵੇ ਅਤੇ ਗੁਰੂ ਪਿਆਰੂ, ਜਿਹੜੇ ਬਹੁਤਾਤ ਗਰੀਬ ਅੱਜ ਵੀ ਸੜਕਾਂ ਦੇ ਉੱਪਰ ਝੌਂਪੜੀਆਂ ਬਣਾ ਕੇ ਬੈਠੇ ਨੇ, ਉਹਨਾਂ ਨੂੰ ਵੀ ਕੁਝ ਰਿਹਾਇਸ਼ ਵਾਸਤੇ ਮਕਾਨ ਸੱਤ ਦਿੱਤੇ ਜਾਣ। ਫਿਰ ਵੇਖੋ ਸਿੱਖੀ ਦਾ ਪ੍ਰਚਾਰ ਕਿਵੇਂ ਹੁੰਦਾ।